क्या बर्गर है यार, टफ हैवी बर्गर। बस कुछ खास ना पड़ा थोड़ा पड़ा। बर्गर बन के आए, आज चाय, आज घोड़ा री चाय। क्या बात है। सो बर्गर आ गया जी। ओए होए, हाँ चाय जी। ओए होए होए, बर्गर बाले ही मैसी हो गया सी, पता ही लगा कितने गया। चाह बहुत सोनी। सो सुबह दे 10-11 बजे ने, ते हजे 11 बजे इन्हां दी फूड कार्ट स्टार्ट होंदी है। सो मैं आ गया स्पाइडर वेयर हाउस दे बिल्कुल सामने, कैंट पंजाबी जंक्शन। सो तुसी इन्हां दी रील्स नूं बहुत देख रहे हो, बहुत खाना पसंद कर रहे हो। सो मैं तो भी नहीं सी रहा गया, सो मैं सोचा कि आगे छापा मारिए, चेक करिए की बन रहा है, किहो जिहा बन रहा है। मेरे ते 11 बजे तो तैयारी चल रही है, माड़ा जिहा दिखाओ तैयारी भी की चलता है। ਪੂਰਾ ਦੇਸੀ ਘਿਓ ਜੀ ਬਣਦਾ। ਹਾਂਜੀ ਦੇਸੀ ਘਿਓ ਜੀ। ਤੇ ਵੈਸੇ ਅੱਜ ਕੱਲ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਚੱਲਦੀ ਹੈ? ਨੂਡਲ ਟਿੱਕੀ ਬਰਗਰ ਕਰ ਰਿਹਾ ਜੀ, ਤੇ ਭਰਮਾ ਕੁਲਚਾ। ਭਰਮਾ ਕੁਲਚਾ ਹਾਂਜੀ, ਪੰਜਾਬੀ ਟਿੱਕੀ ਚਾ, ਚਾਹ ਬੜਵਾਲੀ ਜੀ, ਸਪ੍ਰਿੰਗ ਰੋਲ ਹੋ ਗਏ। ਕਿੰਨੇ ਵਜੇ ਖੋਲੇ ਤੇ? 11 ਵਜੇ ਨਹੀਂ, 11 11 ਤੋਂ 10 ਸ਼ਨੀ ਐਤਵਾਰ ਵਾਲੇ। 11 ਤੋਂ 11 12 ਘੰਟੇ ਤੱਕ। ਬਰਗਰ ਤੁਹਾਡਾ ਸਵਾਦ ਹੈ, ਬੜੇ ਲੋਕਾਂ ਨੇ ਪਸੰਦ ਕੀਤਾ, ਮੇਰੇ ਵੀਡੀਓ ਥੱਲੇ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਖਾਣੇ ਦੀ ਕੁਆਲਿਟੀ। ਸੀ ਸਿੰਘ ਸਾਹਿਬ ਪਿੱਛੇ ਚਾਹ ਵੀ ਬਣਾ ਰਹੇ ਨੇ। ਚਾਹ ਬਣ ਰਹੀ ਸਿੰਘ ਸਾਹਿਬ? ਗੁੜ ਵਾਲੀ ਇਹ ਖੰਡ ਵਾਲੀ ਬਣ। ਕਿਸੇ ਨੇ ਕਸਟਮਰ ਨੇ ਕਿਹਾ ਵੀ ਖੰਡ ਪਾਉਣੀ, ਗੁੜ ਨਹੀਂ ਪਾਉਣਾ। ਸੋ ਖੰਡ ਵਾਲੀ ਚਾਹ। ਹੋਰ ਦੇਸੀ ਘਿਓ ਪਿਆ, ਦੇਸੀ ਘਿਓ ਚ ਹੀ ਬਣਦਾ ਇੱਥੇ ਸਾਰਾ। ਇੱਥੇ ਦੂਸਰੇ ਆਇਲ ਦਾ ਕੋਨਸੈਪਟ ਨਹੀਂ ਹੈਗਾ। ਫੂਡ ਕਾਰਟ ਹੈ, ਸਾਫ਼ ਹੈ ਦੇਖੋ, ਕਿੰਨੀ ਸਾਫ਼ ਸੁਥਰੀ ਫੂਡ ਕਾਰਟ ਹੈ। ਤੇ ਚੌਪਿੰਗ ਹੋ ਰਹੀ ਹੈ ਕਿੰਨੇ ਜਿਹੜੇ? ਹਾਂ ਹਾਂ, ਉਹਨੂੰ ਤੜਕਾ ਲਾਓਗੇ ਜਿਹੜਾ ਵਾਈਟ ਚਨਿਆਂ ਨੂੰ, ਤੇ ਆਪਣੇ ਜਿਹੜੇ ਸਮੋਸਾ ਚਾਟ ਵਾਸਤੇ। ਹਾਂ ਅੱਛਾ, ਸਮੋਸਾ ਚਾਟ ਸ਼ੁਰੂ ਹੋ ਗਈ? ਹਾਂਜੀ। ਹਾਂ ਹਾਂ, ਕਿੰਨੇ ਸੋਹਣੇ ਖੁਸ਼ਬੂ ਆ ਰਹੀ ਹੈ ਆਪਣੇ ਇਹ ਵਾਸਤੇ ਭਾਜੀ, ਜਿਹੜਾ ਆਪਣਾ ਭਟੂਰੇ ਵਾਸਤੇ ਵੀ। ਭਟੂਰੇ ਭਟੂਰੇ ਵੀ ਸ਼ੁਰੂ ਹੋ ਗਏ? ਹਾਂਜੀ। ਅੱਛਾ, ਇਹ ਚੀਜ਼ਾਂ ਫਿਰ ਅਸੀਂ ਵੀਕਐਂਡ 'ਤੇ ਆਵਾਂਗੇ, ਆ ਸਾਰਾ ਕੁਝ ਟੇਸਟ ਕਰਾਂਗੇ। ਦੇਖੋ ਤੇਲ ਕਿੰਨਾ ਸਾਫ਼ ਆ, ਟਿੱਕੀਆਂ ਬਣ ਰਹੀਆਂ ਨੇ ਨਿਊਡਲ ਟਿੱਕੀ ਲਈ। ਸਿੰਘ ਸਾਹਿਬ ਕਹਿੰਦੇ ਦੁੱਧ 'ਚ ਪਰਹੇਜ਼ ਨਹੀਂ ਰੱਖਦੇ, ਖੁੱਲ੍ਹੇਗਾ ਫਿਰ ਤੁਹਾਡੇ। ਅੱਜ ਵੀਡੀਓ ਪਾਈ ਹੈ ਮੈਂ ਚਾਹ ਦੀ ਸੁਬਹ। ਕਿਆ ਚਾਲੀ ਪੰਤਾਲੀ ਮਿੰਟ ਤੱਕ ਦੀ ਵੇਟਿੰਗ ਚੱਲ ਰਹੀ ਹੈ? ਮਤਲਬ ਕਿ ਕਰੇਜ਼ ਹੋ ਗਿਆ ਲੋਕਾਂ 'ਚ ਪੂਰਾ। ਹਾਂਜੀ ਹਾਂਜੀ ਭਾਜੀ, ਆ ਕੇ ਐਪਰੀਸ਼ੀਏਟ ਕਰਦੇ ਜੀ ਸਾਨੂੰ, ਬਹੁਤ ਦੱਸ ਕੇ ਜਾਂਦੇ ਸਪੈਸ਼ਲ ਭਾਜੀ, ਤੁਹਾਡਾ ਖਾਣਾ ਬਹੁਤ ਵਧੀਆ ਸੀਗਾ, ਬਰਗਰ ਬਹੁਤ ਸਵਾਦ ਸੀ, ਜਾਂ ਪੰਜ ਛੋਲੇ ਬਹੁਤ ਸਵਾਦ ਸੀਗੇ। ਸਪੈਸ਼ਲ ਦੱਸ ਕੇ ਜਾਂਦੇ ਭਾਜੀ, ਖਾ ਕੇ ਬਾਅਦ 'ਚ ਦੱਸ ਕੇ ਜਾਂਦੇ ਆ। ਹੋਰ ਕੀ ਚਾਹੀਦਾ? ਓਨੈਸਟ ਕਸਟਮਰ ਨੇ ਤੁਹਾਡੇ, ਮੈਨੂੰ ਪਤਾ। ਹਾਂਜੀ ਹਾਂਜੀ, ਰੈਗੂਲਰ ਕਸਟਮਰ ਹੋ ਗਏ ਜੀ ਹੁਣ ਤੋਂ ਸਾਡੇ। ਅੱਛਾ ਜੀ, ਅਸੀਂ ਵੀ ਉਹਨਾਂ ਨੂੰ ਕੁਆਲਿਟੀ ਉਹੀ ਦਿੰਦੇ, ਅਸੀਂ ਕਦੀ ਚੇਂਜ ਨਹੀਂ ਕਰਦੇ, ਨਾ ਕਰਾਂਗੇ। ਇਹ ਤੁਹਾਡੀਆਂ ਆਹੀ ਗੱਲਾਂ ਦਾ ਤਾਂ ਮੈਨੂੰ ਪਤਾ ਕਿ ਵੈਲਿਊ ਇਹਨਾਂ ਦੀ ਹੈ। ਸੋ ਹਜੇ ਚੌਪਿੰਗ ਚੱਲ ਰਹੀ ਹੈ, ਬਿਕੋਜ਼ ਮਾਰਨਿੰਗ ਦੇ 11:30 ਵਜੇ ਨੇ, ਅਤੇ ਸਭ ਕੁਛ ਰੈਡੀ ਹੋ ਰਿਹਾ। ਉਹ ਸਿੰਘ ਸਾਹਿਬ ਬਰਗਰ ਆ ਗਿਆ, ਨਿਊਡਲ ਕਰ ਦਿੰਦੇ ਨਾਲ ਨਾਲ। ਅੱਛਾ, ਨਿਊਡਲ ਨੂੰ ਗਰਮ ਕਰ ਦਿੰਦੇ। ਵੈਸੇ ਤਾਜ਼ੀਆਂ ਉੱਧਰ ਬਣਨ ਦੀ ਤਿਆਰੀ ਹੋ ਰਹੀ ਹੈ ਨਾ? ਤਾਜ਼ੀਆਂ ਉੱਧਰ ਬਣ ਰਹੀ। ਚਾਹ ਬਣ ਗਈ ਜੀ? ਹਾਂਜੀ। ਬਾਹਰ ਛੋਲੇ ਅਤੇ ਨਾਲ ਚਾਹ, ਮੈਂ ਕਹਿੰਦਾ ਇਹ ਲੰਚ ਮਸਾਲਾ ਚਾਹ ਜਾਂ ਗੁੜ ਵਾਲੀ ਚਾਹ, ਸੱਚੀ ਆਹ ਮਿਲ ਜਾਏ ਨਾ, ਮੇਰਾ ਤਾਂ ਦਿਨ ਬਣ ਜਾਂਦਾ, ਮੇਰਾ ਲੰਚ ਬ੍ਰੇਕਫਾਸਟ ਹੋ ਗਿਆ। ਅਸੀਂ ਹਰ ਵੀਕਐਂਡ 'ਤੇ ਮਿਸ